ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਵਰ ਤਖਤ ਛਤਰ ਦੇ ਮਾਲਕ ਲੋਕ ਪਰ ਲੋਕ ਸਹਾਏ ਹਾਜ਼ਰ ਨਾਜ਼ਰ ਵਾਲੀਏ ਕੁਲ ਆਲਮ ਦੋ ਜਹਾਂ ਮਾਲਕ ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਗੋਦ ਦਾ ਨਿਕਮਨ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਵੱਡ ਭਾਗੇ ਹੋ ਅੱਜ ਉਹ ਮਹੀਨੇ ਦੀ ਸੰਗਰਾਦ ਦਾ ਪਵਿੱਤਰ ਦਿਹਾੜਾ ਹੈ ਆਪ ਇਕੱਤਰ ਹੋਏ ਹੋ ਸੰਗਰਾਂਦ ਦੇ ਪਵਿੱਤਰ ਦਿਹਾੜੇ ਤੇ ਗੁਰੂ ਘਰ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ ਗੁਰੂ ਪਿਆਰੀ ਸਾਧ ਸੰਗਤ ਜੀਓ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਗੁਰੂ ਨਾਨਕ ਜੋ 12 ਮਹੀਨਿਆਂ ਦੁਆਰਾ ਉਪਦੇਸ਼ ਬਖਸ਼ ਰਹੇ ਹਨ ਅੱਜ ਆਪਾਂ ਪੋ ਮਹੀਨੇ ਦੇ ਦੁਆਰਾ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਨ ਲੱਗੇ ਹਨ ਸਸਿਰ ਰੁੱਤ ਦਾ ਇਹ ਦੂਸਰਾ ਮਹੀਨਾ ਹੈ ਸਾਧ ਸੰਗਤ ਜੀ ਜੋ ਪੋ ਦਾ ਮਹੀਨਾ ਹੈ ਇਸ ਮਹੀਨੇ ਨੂੰ ਬ੍ਰਾਹਮਣਾਂ ਨੇ ਭਰਮ ਜਾਲ ਨੇ ਗ੍ਰਸਿਆ ਸੀ ਇਹ ਮਹੀਨਾ ਵੀ ਕੱਤਕ ਦੇ ਮਹੀਨੇ ਦੀ ਤਰ੍ਹਾਂ ਪਹਿੜਾ ਮੰਨਿਆ ਜਾਂਦਾ ਸੀ ਦੋਨਾ ਮਹੀਨਿਆਂ ਨੂੰ ਸਫਲਾ ਕਰਨ ਵਾਸਤੇ ਮੇਰੇ ਸਤਿਗੁਰੂ ਜੀ ਨੇ ਪਹਿਲੇ ਜਾਮੇ ਦੇ ਵਿੱਚ ਕੱਤਕ ਦੇ ਮਹੀਨੇ ਅਤੇ 10ਵੇਂ ਜਾਮੇ ਦੇ ਵਿੱਚ ਪੋ ਦੇ ਮਹੀਨੇ ਅਵਤਾਰ ਧਾਰਨ ਲਈ ਚੁਣਿਆ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਦੁਨੀਆ ਦੇ ਵਿੱਚ ਪਈ ਹੋਈ ਅਗਿਆਨਤਾ ਦੀ ਧੁੰਦ ਮਿੱਟੀ ਇਨਾ ਮਹੀਨਿਆਂ ਦੇ ਵਿੱਚ ਪੈਦਾ ਹੋਣ ਵਾਲੇ ਬੱਚੇ ਜੋ ਨਫ਼ਰਤ ਦਾ ਸ਼ਿਕਾਰ ਹੁੰਦੇ ਸਨ ਉਹਨਾਂ ਦਾ ਭਲਾ ਕੀਤਾ ਸਤਿਗੁਰੂ ਜੀ ਦਾ ਇਹੋ ਸੁਭਾਅ ਹੋਇਆ ਹੈ ਜਿਨ੍ਹਾਂ ਨੂੰ ਲੋਕ ਨੀਚ ਅਤੇ ਡਿੱਗਾ ਹੋਇਆ ਸਮਝਦੇ ਹਨ ਉਹਨਾਂ ਨੂੰ ਉਠਾਇਆ ਹੈ ਮੇਰੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਨੀਚੋ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਮੇਰਾ ਗੋਬਿੰਦ ਨੀਚ ਬੰਦਿਆ ਨੂੰ ਉੱਚੇ ਬਣਾ ਦਿੰਦਾ ਏ ਉਹ ਕਿਸੇ ਤੋਂ ਡਰਦਾ ਨਹੀਂ ਸਾਧ ਸੰਗਤ ਜੀਓ ਮਾਲਕ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਹਰ ਇੱਕ ਤੇ ਕਿਰਪਾ ਰਹਿਮਤ ਬਖਸ਼ਿਸ਼ ਕਰਦੇ ਨੇ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਬਿਰਤੀਆਂ ਇਕਾਗਰ ਚਿਤ ਕਰੋ ਆਪਾਂ ਅੱਜ ਦੇ ਪਾਵਨ ਸੰਗਰਾਦ ਦੇ ਪਵਿੱਤਰ ਦਿਹਾੜੇ ਤੇ ਜੋ ਮੇਰੇ ਪਾਤਸ਼ਾਹ ਨੇ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਏ 12 ਮਾ ਰਗ ਦੇ ਅੰਦਰ ਮਾਜ ਰਗ ਦੇ ਅੰਦਰ 12 ਮਾ ਬਾਣੀ ਦੇ ਸਰਲੇਖ ਦੇ ਹੇਠਾਂ ਮੇਰੇ ਪਾਤਸ਼ਾਹ ਪੰਜਵੇਂ ਨਾਨਕ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਆਓ ਆਪਾਂ ਗੁਰਬਾਣੀ ਦੇ ਨਾਲ ਸਾਂਝ ਪਾਈਏ ਬਿਰਤੀਆਂ ਇਕਾਗਰ ਚਿਤ ਕਰਕੇ ਸਤਸੰਗਿਓ ਸਰਵਣ ਕਰਨ ਦਾ ਯਤਨ ਕਰਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਹੋ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਪੋਖ ਤੁ ਪਵ ਪੋ ਮਹੀਨੇ ਦੇ ਵਿੱਚ ਤੁਖਾਰ ਕੱਕਰ ਕੋਰਾ ਨਾ ਵਿਆਪਈ ਜੋਰ ਨਹੀਂ ਪਾਉਂਦਾ ਕੰਠ ਗਲ ਦੇ ਵਿੱਚ ਗਲ ਨਾਲ ਹਿਰਦੇ ਦੇ ਵਿੱਚ ਨਾ ਨਾਥ ਖਸਮ ਪਤੀ ਮੇਰੇ ਪਾਤਸ਼ਾ ਇਸ ਪੋ ਮਹੀਨੇ ਦੀ ਪਹਿਲੀ ਪੰਕਤੀ ਦੇ ਅੰਦਰ ਬਖਸ਼ਿਸ਼ ਕਰ ਰਹੇ ਨੇ ਪੋਖ ਤੁਖਾਰ ਨਾ ਵਿਆਪਾਈ ਕੰਠ ਮਿਲਿਆ ਹਰਨਾਉ ਪੋ ਦੇ ਮਹੀਨੇ ਦੇ ਵਿੱਚ ਜਿਸ ਜੀਵ ਇਸਤਰੀ ਦੇ ਗਲ ਨਾਲ ਹਿਰਦੇ ਦੇ ਵਿੱਚ ਪ੍ਰਭੂ ਪਤੀ ਲੱਗਾ ਹੋਇਆ ਹੋਵੇ ਉਸ ਨੂੰ ਕੱਕਰ ਮਨ ਦੀ ਕਠੋਰਤਾ ਕੂੜਾਪਨ ਜ਼ੋਰ ਨਹੀਂ ਪਾ ਸਕਦਾ ਸਾਧ ਸੰਗਤ ਜੀ ਕਿਸ ਨੂੰ ਜਿਸ ਜੀਵ ਇਸਤਰੀ ਦੇ ਗਲ ਦੇ ਨਾਲ ਪ੍ਰਭੂ ਪਤੀ ਲੱਗਾ ਹੋਵੇ ਭਾਵ ਜਿਸ ਜੀਵ ਇਸਤਰੀ ਨੇ ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਚਿੱਤ ਜੋੜਿਆ ਹੋਵੇ ਉਸ ਦੀ ਭਜਨ ਬੰਦਗੀ ਸਿਫਤ ਸਲਾ ਸੇਵਾ ਸਿਮਰਨ ਕੀਤਾ ਹੋਵੇ ਮੇਰੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਪਾਲ ਤਉ ਕਸ਼ੂਨਾ ਵਿਆਪੇ ਰਾਮ ਨਾਮ ਗੁਣ ਗਾਏ पाला ਤਾਉ ਕਸ਼ੂ ਨਾ ਵਿਆਪੇ ਰਾਮ ਨਾਮ ਗੁਣ ਗਾਏ ਆਸਾ ਰਾਗ ਦੇ ਅੰਦਰ ਮੇਰੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਹੇ ਭਾਈ ਪ੍ਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਲਿਆ ਮਨੁੱਖ ਦੇ ਚਿੱਤੇ ਤੇ ਮਾਇਆ ਡੈਣ ਦਾ ਕੋਈ ਜੂਰ ਨਹੀਂ ਪੈਂਦਾ ਸਾਧ ਸੰਗਤ ਜੀ ਅਗਲੀ ਪੰਕਤੀ ਦੇ ਅੰਦਰ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ ਬੇਦਿਆ ਤੂੰ ਭਵ ਵਿਨਿਆ ਜਾਂਦਾ ਹੈ ਚਰਨਾਰ ਬਿੰਦ ਚਰਨ ਬਿੰਦ ਚਰਨ ਅਰਬਿੰਦ ਚਰਨ ਕਮਲ ਦਰਸ਼ਨ ਦੀਦਾਰ ਸਾਹੋ ਇਕ ਇਕ ਸਾ ਬਿਰਤੀ ਇਸ ਪੰਕਤੀ ਦੇ ਅੰਦਰ ਮੇਰੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਕਿਉਂਕਿ ਉਸ ਦੀ ਬਿਰਤੀ ਪ੍ਰਭੂ ਦੇ ਦੀਦਾਰ ਦੀ ਤੰਗ ਦੇ ਵਿੱਚ ਜੁੜੀ ਰਹਿੰਦੀ ਹੈ ਉਸ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਦੇ ਵਿੱਚ ਵਿਝਿਆ ਰਹਿੰਦਾ ਹੈ ਸਦ ਸੰਗਤ ਜੀ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਚਰਨ ਕਮਲ ਮਨ ਬੀਧਿਆ ਜੋ ਰੰਗ ਮਜੀਠਾ ਭਾਵ ਉਸ ਦਾ ਜਿਹੜਾ ਮਨ ਹੈ ਉਹ ਪਰਮਾਤਮਾ ਦੇ ਚਰਨਾਂ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਵੇਦਿਆ ਰਹਿੰਦਾ ਹੈ ਭਾਵ ਵਿੱਜਾ ਰਹਿੰਦਾ ਹੈ ਲੱਗਾ ਰਹਿੰਦਾ ਹੈ ਹਰ ਚਰਨ ਕਮਲ ਮਨ ਵੇਦਿਆ ਕਿਛ ਆਣ ਨਾ ਮਿੱਠਾ ਰਾਮ ਰਾਜ ਮੇਰੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਓਟ ਗੋਵਿੰਦ ਗੋਪਾਲ ਰਾਹੀ ਸੇਵਾ ਸੁਆਮੀ ਲਾਹੋ ਓਟ ਗੋਵਿੰਦ ਗੋਪਾਲ ਰਾਹੀ ਸੇਵਾ ਸੁਆਮੀ ਲਾਹੋ ਲਾਹੁ ਤੁਪਾ ਬਲਾਬ ਇਸ ਪੰਕਤੀ ਦੇ ਅੰਦਰ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਜਿਸ ਜੀਵ ਇਸਤਰੀ ਨੇ ਗੋਬਿੰਦ ਗੋਪਾਲ ਦਾ ਆਸਰਾ ਲਿਆ ਹੈ ਉਸ ਨੇ ਪ੍ਰਭੂ ਪਤੀ ਦੀ ਸੇਵਾ ਦਾ ਲਾਭ ਖਟਿਆ ਇਹ ਸਾਧ ਸੰਗਤ ਜੀ ਕਿਸ ਨੇ ਜਿਸ ਜੀਵ ਇਸਤਰੀ ਨੇ ਗੋਬਿੰਦ ਦੇ ਗੋਪਾਲ ਦਾ ਆਸਰਾ ਲਿਆ ਹੈ ਉਸਨੇ ਉਸ ਮਾਲਕ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕੀਤੀ ਹੈ ਉਸਨੇ ਪ੍ਰਭੂ ਪਤੀ ਦੀ ਸੇਵਾ ਦਾ ਲਾਭ ਕਟਿਆ ਜਿਸਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਕੀਤੀ ਹੈ ਸਿਫਤ ਸਲਾਹ ਕੀਤੀ ਹੈ ਮੇਰੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲੀਨੀ ਪਤ ਮੇਰੀ ਭਾਵ ਹੈ ਪ੍ਰਭੂ ਤੂੰ ਹੀ ਮੇਰਾ ਸਭ ਤੋਂ ਵੱਡਾ ਆਸਰਾ ਹੈ ਮੈਂ ਤੇਰੀ ਹੀ ਓਟ ਫੜੀ ਹੈ ਕਿਸੇ ਤੀਰਥ ਉੱਤੇ ਵਸਣ ਦਾ ਤਕੀਆ ਮੈਂ ਨਹੀਂ ਤਕਿਆ ਨਾ ਹਮ ਡੋਲੋ ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲੀਨੀ ਹਰ ਮੇਰੀ ਤੂੰ ਸਦਾ ਅਡੋਲ ਰਹਿਣ ਵਾਲਾ ਹੈ ਤੇਰਾ ਲੜ ਫੜ ਕੇ ਮੈਂ ਵੀ ਨਹੀਂ ਡੋਲਦਾ ਕਿਉਂਕਿ ਤੂੰ ਆਪ ਮੇਰੀ ਲਾਜ ਰੱਖੀ ਹੋਈ ਹੈ ਅਗਲੀ ਪੰਕਤੀ ਦੇ ਅੰਦਰ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਵਿਖਿਆ ਪੋਹ ਨਾ ਸਕਈ ਮਿਲ ਸਾਧੂ ਗੁਣ ਗਾਹੋ ਵਿਖਿਆ ਪੋਹ ਨਾ ਸਕਈ ਮਿਲ ਸਾਧੂ ਗੁਣ ਗਾਹੋ ਵਿਖਿਆ ਤੋਂ ਭਾਵ ਮਾਇਆ ਸਾਧੂ ਗੁਰੂ ਗੁਣਗਾਹੋ ਗੁਨਾ ਦੀ ਵਿਚਾਰ ਗੁਨਾ ਦੀ ਚੁੱਭੀ ਮਾਇਆ ਉਸ ਨੂੰ ਪੋ ਨਹੀਂ ਸਕਦੀ ਗੁਰੂ ਨੂੰ ਮਿਲ ਕੇ ਉਸ ਨੇ ਪ੍ਰਭੂ ਦੀ ਸਿਫਤ ਸਲਾਤ ਦੇ ਵਿੱਚ ਚੁੱਭੀ ਲਾ ਲਈ ਹੈ ਉਹਨਾਂ ਦੇ ਹਿਰਦੇ ਦੇ ਵਿੱਚ ਮਾਇਆ ਦਾ ਲਾਲਚ ਨਹੀਂ ਰਹਿੰਦਾ ਸਾਧ ਸੰਗਤ ਜੀ ਜਿਸ ਤਰ੍ਹਾਂ ਛੋਟੇ ਸਹਿਬ ਜੱਦੇ ਇਸੇ ਮਹੀਨੇ ਸੂਬੇ ਸਰਹੰਦ ਦੀ ਕਚਹਿਰੀ ਦੇ ਵਿੱਚ ਕਈ ਤਰ੍ਹਾਂ ਦੇ ਰਾਜ ਨਵਾਬੀਆਂ ਬੇਗਮਾਂ ਦੇ ਸੁੱਖਾਂ ਦੇ ਲਾਲਚ ਵੇਖ ਕੇ ਵੀ ਮੋਹਤ ਨਹੀਂ ਹੋਏ ਸਗੋਂ ਆਪਣੇ ਧਰਮ ਦੇ ਵਿੱਚ ਪਰਪੱਕ ਰਹਿ ਕੇ ਫਤਿਹ ਬੁਲਾਉਂਦੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਇਸੇ ਤਰ੍ਹਾਂ ਉਹਨਾਂ ਨੂੰ ਕੋਈ ਮਾਇਆ ਪੂ ਨਹੀਂ ਸਕਦੀ ਸਾਧ ਸੰਗਤ ਜੀ ਕਿੰਨਾਂ ਨੂੰ ਮਿਲ ਸਾਧੂ ਗੁਣਗਾਹ ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਉਸ ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਚੂਭੀ ਲਈ ਹੈ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਬੰਦਗੀ ਸਿਫਤ ਸਲਾਹ ਕੀਤੀ ਹੈ ਉਹਨਾਂ ਨੂੰ ਕਦੀ ਮਾਇਆ ਨਹੀਂ ਪਾਉ ਸਕਦੀ ਕਬੀਰ ਆਈ ਮੂਝੇ ਪੈ ਅਨਕ ਕਰੇ ਕਰ ਪੇਸ ਹਮ ਰਾਖੇ ਗੁਰ ਆਪਣੇ ਉਨ ਕੀਨੋਂ ਆਦੇਸ ਭਗਤ ਕਬੀਰ ਜੀ ਬਖਸ਼ਿਸ਼ ਕਰ ਰਹੇ ਨੇ ਕਬੀਰ ਆਈ ਮੁਝ ਹੈ ਪੈ ਕਬੀਰ ਆਈ ਮੁਝ ਹੈ ਪੈ ਅਨਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਉਨ ਕੀਨੂ ਆਦੇਸ਼ ਹੈ ਕਬੀਰ ਇਹ ਹਉਮੈ ਜਿਵੇਂ ਹੋਰਨਾਂ ਨੂੰ ਪਰਮਾਣ ਆਉਂਦੀ ਹੈ ਤਿਵੇਂ ਹੀ ਮੇਰੇ ਕੋਲੇ ਕਈ ਸ਼ਕਲਾਂ ਦੇ ਵਿੱਚ ਆਈ ਇਹ ਹਉਮੈ ਮੈਨੂੰ ਕਰਾਹੇ ਪਾਣ ਆਈ ਜਿਵੇਂ ਲੋਕਾਂ ਨੂੰ ਪਰਮਾਉਂਦੀ ਹੈ ਮੇਰੇ ਕੋਲੇ ਵੀ ਕਈ ਸ਼ਕਲਾਂ ਦੇ ਵਿੱਚ ਆਈ ਪਰ ਅਮਰਾਖੇ ਗੁਰੂ ਆਪਣੇ ਉਨਕੀ ਨੂੰ ਆਦੇਸ਼ ਪਰ ਮੈਨੂੰ ਮੇਰੇ ਪਿਆਰੇ ਸਤਗੁਰੂ ਨੇ ਇਸ ਤੋਂ ਬਚਾ ਲਿਆ ਉਸ ਹਉਮੈ ਨੇ ਨਮਸਕਾਰ ਕੀਤੀ ਤੇ ਉਸ ਹਉਮੈ ਬਦਲ ਕੇ ਨਿਮਰਤਾ ਬਣ ਗਈ ਸਾਧ ਸੰਗਤ ਜੀ ਕਿਸ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਸਿਫਤ ਸਲਾਹ ਦੇ ਨਾਲ ਆਸਾ ਰਗ ਦੇ ਅੰਦਰ ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਨੇ ਨਾਕੂ ਕਾਟੀ ਕਾਨੂੰ ਕਾਟੀ ਕਾਟ ਕੂਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਭਾਵ ਭਗਤ ਕਬੀਰ ਜੀ ਬਖਸ਼ਿਸ਼ ਕਰ ਰਹੇ ਨੇ ਨਾਕੂ ਕਾਟੀ ਕਾਨੂੰ ਕਾਟੀ ਕਾਟ ਕੂਟ ਕੈ ਡਾਰੀ ਸੰਤ ਜਨਾ ਨੇ ਮਾਇਆ ਨੂੰ ਨੱਕ ਤੋਂ ਕੱਟ ਦਿੱਤਾ ਚੰਗੀ ਤਰ੍ਹਾਂ ਕੱਟ ਕੇ ਪਰੇ ਸੁੱਟ ਦਿੱਤਾ ਕਿਉਂ ਕਾਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਹੈ ਕਬੀਰ ਆਖ ਕੇ ਮਾਇਆ ਸੰਤਾਂ ਦੇ ਨਾਲ ਵੈਰ ਕਰਦੀ ਹੈ ਕਿਉਂਕਿ ਉਹਨਾਂ ਦੇ ਆਤਮਿਕ ਜੀਵਨ ਦੇ ਉੱਤੇ ਚੂਟ ਕਰਨ ਦਾ ਯਤਨ ਕਰਦੀ ਹੈ ਪਰ ਸਾਰੇ ਜਗਤ ਦੇ ਜੀਵ ਇਸ ਦੇ ਨਾਲ ਪਿਆਰ ਕਰਦੇ ਨੇ ਸਤ ਸੰਗਤ ਜੀ ਅਗਲੀ ਪੰਕਤੀ ਦੇ ਅੰਦਰ ਮੇਰੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਜਹਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੋ ਜਹਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਉ ਜਹਤਿ ਭਾਵ ਜਿਸ ਪ੍ਰਭੂ ਤੇ ਸਮਾਹੋ ਲਿਵ ਜਿਸ ਪਰਮਾਤਮਾ ਤੋਂ ਉਸਨੇ ਜਨਮ ਲਿਆ ਹੈ ਉਸੇ ਦੇ ਵਿੱਚ ਉਹ ਜੁੜੀ ਰਹਿੰਦੀ ਐ ਉਸ ਦੀ ਲਿਬ ਪ੍ਰਭੂ ਦੀ ਪ੍ਰੀਤ ਦੇ ਵਿੱਚ ਲੱਗੀ ਰਹਿੰਦੀ ਐ ਸਾਧ ਸੰਗਤ ਜੀ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਗੌੜੀ ਰਾਗ ਦੇ ਅੰਦਰ ਮੇਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਜਿਉਂ ਜਲ ਮੈਂ ਜਲ ਆਏ ਖਟਾਨਾ ਗੌੜੀ ਸੁਖਮਣੀ ਦੇ ਅੰਦਰ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਜਿਉਂ ਜਿਵੇਂ ਪਾਣੀ ਵਿੱਚ ਪਾਣੀ ਆ ਕੇ ਮਿਲਦਾ ਹੈ ਤਿਉਂ ਜੋਤੀ ਸੰਗ ਜੋਤ ਸਮਾਨਾ ਤਿਵੇਂ ਸਤ ਸੰਗਤ ਦੇ ਵਿੱਚ ਟਿਕੇ ਹੋਈ ਦੀ ਆਤਮਾ ਪ੍ਰਭੂ ਦੇ ਜੋਤ ਦੇ ਵਿੱਚ ਲੀਨ ਹੋ ਜਾਂਦੀ ਏ 사ਤ ਸੰਗਤ ਜੀ ਕਰ ਗਹਿ ਲੀਨੀ ਪਾਰ ਬ੍ਰह्म ਬਹੁੜ ਨਾ ਵਿਛੜਿਆ ਹੋ ਕਰ ਗਹਿਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ ਹੋ ਕਰ ਤੋ ਪਾਵ ਹੱਥ ਗਹਿ ਫੜ ਕੇ ਪਾਰ ਬ੍ਰਹਮ ਪ੍ਰਭੂ ਨੇ ਅਕਾਲ ਪੁਰਖ ਵਾਹਿਗੁਰੂ ਨੇ ਪਾਰ ਬ੍ਰਹਮ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਆਪਣੇ ਚਰਨਾਂ ਦੇ ਵਿੱਚ ਜੋੜਿਆ ਹੁੰਦਾ ਹੈ ਉਹ ਮੁੜ ਉਸ ਦੇ ਚਰਨਾਂ ਤੋਂ ਵਿਛੜਦੀ ਨਹੀਂ ਸਾ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਨੇ ਉਸ ਦਾ ਹੱਥ ਫੜ ਕੇ ਆਪਣੇ ਚਰਨਾਂ ਦੇ ਨਾਲ ਜੋੜਿਆ ਹੁੰਦਾ ਹੈ ਤੇ ਪਾਰ ਉਤਾਰ ਤੋਂ ਰਹਿਤ ਵਿਆਪਕ ਪਰਮੇਸ਼ਰ ਨੇ ਫੜ ਲਿਆ ਤੇ ਉਸ ਦੇ ਨਾਲੋਂ ਕਦੇ ਵੀ ਵਿਛੜਦੀ ਨਹੀਂ ਪਾਵ ਉਸ ਦੇ ਸਰੂਪ ਦੇ ਵਿੱਚ ਅਭੇਦ ਹੋ ਜਾਂਦੀ ਆ ਤੇ ਕਦੇ ਵੀ ਉਸ ਸਰੂਪ ਤੋਂ ਵੱਖ ਹੋ ਕੇ ਜੂਨਾ ਦੇ ਵਿੱਚ ਨਹੀਂ ਪੈਂਦੀ ਬ੍ਰਹਮੇ ਬ੍ਰਹਮ ਮਿਲਿਆ ਕੋਈ ਨਾ ਸਕਕੇ ਭਿੰਨ ਕਰ ਬਲਰਾਮ ਜੀ ਉਪਰਤਖ ਵੀ ਜਿਸ ਦੀ ਇੱਕ ਵਾਰ ਸਤਗੁਰੂ ਜੀ ਬਾਹ ਫੜ ਲੈਣਾ ਫਿਰ ਉਸ ਦੀ ਕਦੇ ਵੀ ਛੱਡ ਕੇ ਵਿਛੋੜਦੇ ਨਹੀਂ ਜਿਸ ਤਰ੍ਹਾਂ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਦੁਖੀ ਪੰਡਤਾਂ ਦੀ ਬਾਹ ਫੜੀ ਤੇ ਆਪਣਾ ਸਿਰ ਕੁਰਬਾਨ ਕਰ ਦਿੱਤਾ ਉਹਨਾਂ ਨੇ ਧਰਮ ਬਚਾਉਣਾ ਕੀਤਾ ਜਿਸ ਦੀ ਗੁਰੂ ਨੇ ਬਾਹ ਫੜੀ ਹੈ ਉਸ ਦੀ ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਰੱਖਿਆ ਕਰਦੇ ਆਏ ਨੇ ਬਾਰ ਜਾਉ ਲਖ 베ਰੀਆਂ ਹਰ ਸੱਜਣ ਅਗਮ ਅਗਾਹੋ ਬਾਰ ਜਾਉ ਲਖ 베ਰੀਆਂ ਹਰ ਸੱਜਣ ਅਗਮ ਅਗਾਉ ਬਾਰ ਜਾਉ ਤੂੰ ਮੈਂ ਵਾਰਨੇ ਜਾਂਦੀ ਹਾਂ 베ਰੀਆਂ ਵਾਰੀ ਪਰ ਉਹ ਸੱਜਣ ਪ੍ਰਭੂ ਬੜਾ ਅਪਹੁੰਚ ਹੈ ਡੂੰਗਾ ਹੈ ਮੈਂ ਉਸ ਤੋਂ ਲਖ ਵਾਰੀ ਕੁਰਬਾਨ ਜਾਂਦੀ ਹਾਂ ਸ਼ਰਮ ਪਾਈ ਨਾਰਾਇਣੇ ਨਾਨਕ ਦਰ ਪਈ ਆਹ ਸ਼ਰਮ ਪਾਈ ਨਾਰਾਇਣੇ ਨਾਨਕ ਦਰ ਪਈ ਆਹੋ ਸ਼ਰਮ ਤੂੰ ਪਵ ਲਾਜ ਸ਼ਰਮ ਪਈ ਇੱਜ਼ਤ ਰੱਖਣੀ ਪਈ ਏ ਨਾਨਕ ਉਹ ਬੜਾ ਦਿਆਲ ਹੈ ਦਰ ਦੇ ਉੱਤੇ ਡਿੱਗਿਆਂ ਦੀ ਉਸ ਪ੍ਰਭੂ ਨੂੰ ਇੱਜ਼ਤ ਰੱਖਣੀ ਪੈਂਦੀ ਹੈ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਦਰ ਤੇ ਡਿੱਗਿਆਂ ਦੀ ਇੱਜ਼ਤ ਰੱਖਣੀ ਪੈਂਦੀ ਹੈ ਪੂਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪ੍ਰਵਾਹੋ ਪੂਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪ੍ਰਵਾਹੋ ਸੁਹੰਦਾ ਭਾਵ ਸੋਹਣਾ ਲੱਗਦਾ ਹੈ ਜਿਸ ਦੇ ਉੱਤੇ ਉਹ ਬੇਪਰਵਾਹ ਪ੍ਰਭੂ ਮਿਹਰ ਕਰਦਾ ਹੈ ਉਸ ਨੂੰ ਉਹ ਦਾ ਮਹੀਨਾ ਸੁਹਾਵਣਾ ਲੱਗਦਾ ਏ ਉਸ ਨੂੰ ਸਾਰੇ ਸੁੱਖ ਮਿਲ ਜਾਂਦੇ ਨੇ ਸਾਧ ਸੰਗਤ ਜੀ ਪਾਤਸ਼ਾਹ ਕਰਨ ਕਿਰਪਾ ਰਹਿਮਤ ਬਖਸ਼ਿਸ਼ ਕਰਨਾ ਸਾਡੇ ਤੇ ਵੀ ਕਿਰਪਾ ਕਰਨ ਸਾਨੂੰ ਵੀ ਉਹ ਦਾ ਮਹੀਨਾ ਸੰਗਰਾਦ ਦਾ ਪਵਿੱਤਰ ਦਿਹਾੜਾ ਹੈ ਸਾਨੂੰ ਵੀ ਸੋਹਣ ਸੁਹਾਵਣਾ ਲੱਗੇ ਸਾਨੂੰ ਵੀ ਸਾਰੇ ਸੁੱਖ ਮਿਲ ਜਾਣ ਉਹ ਦੇ ਮਹੀਨੇ ਦੁਆਰਾ ਪਾਤਸ਼ਾਹ ਕਥਨ ਕਰਦੇ ਨੇ ਕਿ ਉਹ ਵੇਪਰਵਾਹ ਪਰਮਾਤਮਾ ਬਖਸ਼ਿਸ਼ ਕਰਦਾ ਹੈ ਉਸ ਨੂੰ ਸਾਰੇ ਸੁਖ ਸ਼ੋਭ ਦੇ ਹਨ ਭਾਵ ਲੋਕ ਤੇ ਪਰਲੋਕ ਦੇ ਸੁਖ ਪ੍ਰਾਪਤ ਹੋ ਜਾਂਦੇ ਹਨ ਉਹਨਾਂ ਜਗ ਵਿਆਸਵਾਂ ਦਾ ਮਨੁੱਖਾ ਸਰੀਰ ਉਹ ਦਾ ਮਹੀਨਾ ਸ਼ੁਭ ਨਿਕੈ ਜਿਨ੍ਹਾਂ ਨੇ ਸਾਰੇ ਗੁਨਾਹ ਵੇਪਰਵਾਹ ਪਰਮੇਸ਼ਰ ਦੀ ਕਿਰਪਾ ਦੇ ਬਖਸ਼ੇ ਦਿੱਤੇ ਹਨ ਤੇ ਫਿਰ ਉਹਨਾਂ ਨੂੰ ਆਪੇ ਦੇ ਤਾਰੂਪ ਸੁਖ ਪ੍ਰਾਪਤ ਹੋ ਜਾਂਦੇ ਨੇ ਗੁਰੂ ਪਿਆਰੀ ਸਾਧ ਸੰਗਤ ਜੀਓ ਪਾਤਸ਼ਾਹ ਕਰਨ ਕਿਰਪਾ ਆਪ ਸਾਰਿਆਂ ਹੀ ਸਿੱਖ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਆਪਣੇ ਦਰੋਂ ਘਰੋਂ ਗੁਰਸਿੱਖੀ ਵਾਲਾ ਜੀਵਨ ਨਾਮ ਦੀਆਂ ਦਾਤਾਂ ਅੰਮ੍ਰਿਤ ਦੀਆਂ ਦਾਤਾ ਬਖਸ਼ਿਸ਼ ਕਰਨ ਬਾਣੀ ਬਾਣੀ ਦਾ ਧਾਰਨੀ ਬਣਾਉਣ ਗੁਰੂ ਘਰ ਦੀਆਂ ਹਾਜ਼ਰੀਆਂ ਭਰਨ ਦੀ ਬਲ ਬੁੱਧੀ ਉੱਦਮ ਚਾਹ ਬਖਸ਼ਿਸ਼ ਕਰਨ ਬਾਣੀ ਪੜਦਿਆਂ ਹੋਇਆਂ ਵਿਚਾਰ ਕਰਦਿਆਂ ਹੋਇਆਂ ਦਾਸ ਰਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਤਰੂਟੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ ਜੀ ਬਖਸ਼ ਲੈਣਾ ਗੱਜ ਕੇ ਫਤੇ ਬਲਾਉ ਜੀ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ